ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਦਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਖਾ ਡਿਜ਼ਾਈਨ ਆ ਤੇ ਬਹੁਤ ਪਿਆਰਾ ਡਿਜ਼ਾਈਨ ਆ ਮੈਨੂੰ ਖੁਦ ਨੂੰ ਇਹ ਡਿਜ਼ਾਈਨ ਜਿਹੜਾ ਬਹੁਤ ਹੀ ਪਸੰਦ ਆ ਹੈ ਜਦੋਂ ਇਹ ਡਿਜ਼ਾਈਨ ਬਣਾਉਂਦੇ ਆ ਆਪਾਂ ਤੇ ਬਹੁਤ ਮਜ਼ਾ ਆਉਂਦਾ ਹੈ ਬਣਾਉਣ ਦਾ ਕਿਉਂਕਿ ਡਿਜ਼ਾਈਨ ਬਹੁਤ ਸੋਖਾ ਆ ਤੇ ਬਣਿਆ ਹੋਇਆ ਜਿਹੜਾ ਬਿਲਕੁਲ ਰੈਡੀमेड ਵਰਗੀ ਲੁੱਕ ਦਿੰਦਾ ਆ ਕੋਈ ਵੀ ਇਸ ਡਿਜ਼ਾਈਨ ਨੂੰ ਵੇਖ ਕੇ ਇਹ ਨਹੀਂ ਕਹਿ ਸਕਦਾ ਕਿ ਇਹ ਹੱਥ ਨਾਲ ਬਣਿਆ ਜਾਂ ਰੈਡੀमेड ਡਿਜ਼ਾਈਨ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਕੋਸ਼ਿਸ਼ ਕਰੋ ਤੁਸੀਂ ਕਿ ਇਸ ਡਿਜ਼ਾਈਨ ਨੂੰ ਇਸ ਤਰ੍ਹਾਂ ਦੇ ਜਿਹੜੇ ਸੌਬਰ ਕਲਰ ਆ ਉਹਨਾਂ ਤੇ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਸੌਬਰ ਕਲਰ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਲੱਗੇਗਾ ਗ੍ਰੇ ਤੇ ਸਕਿਨ ਤੇ ਬਿਸਕੁਟੀ ਤੇ ਨੇਵੀ ਬਲੂ ਤੇ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਕਲਰ ਆ ਇਹਨਾਂ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰੀ ਲੁੱਕ ਦੇਵੇਗਾ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਨਾਲ ਨਾਲ ਮੈਂ ਤੁਹਾਨੂੰ ਇਸੇ ਲਈ ਦੱਸ ਦੇਣੀ ਹੈ ਕਿ ਇਹ ਵਾਲਾ ਡਿਜ਼ਾਈਨ ਕਿਸ ਕਲਰ ਤੇ ਜ਼ਿਆਦਾ ਸੋਹਣਾ ਲੱਗੇਗਾ ਕਿਉਂਕਿ ਇਹ ਡਿਜ਼ਾਈਨ ਜਦੋਂ ਆਪਾਂ ਬਣਾਉਂਦੇ ਆ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਡਿਜ਼ਾਈਨ ਜਿਹੜਾ ਕਿਸ ਤਰ੍ਹਾਂ ਦਾ ਲੱਗਦਾ ਹੈ ਬਣਾਉਣ ਤੋਂ ਪਹਿਲਾਂ ਜਦੋਂ ਆਪਾਂ ਕਿਸੇ ਵੀ ਕਲਰ ਤੇ ਵੇਖਦੇ ਆ ਤੇ ਉਦੋਂ ਨਹੀਂ ਸਮਝ ਆਉਂਦੀ ਤੇ ਤੁਸੀਂ ਵੀ ਜਦੋਂ ਕੋਈ ਵੀ ਡਿਜ਼ਾਈਨ ਟਰਾਈ ਕਰਨਾ ਹੈ ਤੇ ਪਹਿਲਾਂ ਥੋੜੀ ਜਿਹੀ ਮਤਲਬ ਕੁੰਡੇ ਪਾ ਕੇ ਜਿਸ ਤਰ੍ਹਾਂ ਥੋੜੇ ਕੁੰਡੇ ਪਾਏ ਹੋਏ ਨੇ ਇਸ ਤਰ੍ਹਾਂ ਤੁਸੀਂ ਕੁੰਡੇ ਪਾ ਕੇ ਪਹਿਲਾਂ ਡਿਜ਼ਾਈਨ ਜਿਹੜਾ ਬਣਾ ਕੇ ਇੱਕ ਵਾਰੀ ਚੈੱਕ ਕਰ ਲਿਆ ਕਰੋ ਕਿ ਡਿਜ਼ਾਈਨ ਜਿਹੜਾ ਜਿਹੜੀ ਤੁਸੀਂ ਸਵੈਟਰ ਬਣਾਉਣੀ ਆ ਉਹਦੇ ਤੇ ਇਹ ਚچےਗਾ ਜਾਂ ਨਹੀਂ ਚچےਗਾ ਕੋਸ਼ੇ ਡਿਜ਼ਾਈਨ ਹੁੰਦੇ ਜਿਹੜੇ ਹਰ ਇੱਕ ਰੰਗ ਤੇ ਸੋਹਣੇ ਲੱਗ ਜਾਂਦੇ ਤੇ ਕੋਸ਼ੇ ਡਿਜ਼ਾਈਨ ਜਿਹੜੇ ਹੁੰਦੇ ਆ ਉਹ ਸਿਰਫ ਸੌਬਰ ਕਲਰ ਤੇ ਜਾਂ ਬ੍ਰਾਈਟ ਕਲਰ ਤੇ ਇਸ ਤਰ੍ਹਾਂ ਹੀ ਸੋਹਣੇ ਲੱਗਦੇ ਨੇ ਤੇ ਸੋ ਇਸ ਡਿਜ਼ਾਈਨ ਨੂੰ ਵੀ ਤੁਸੀਂ ਇਸ ਤਰ੍ਹਾਂ ਦੇ ਸੌਬਰ ਸਬਲ ਕਲਰ ਤੇ ਬਣਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਤੇ ਡਿਜ਼ਾਈਨ ਜਿਹੜਾ ਸਿਰਫ ਉਲਟੀਆਂ ਸਿੱਧੀਆਂ ਹੀ ਸਲਾਈਆਂ ਬਣਾਉਣੀਆਂ ਨੇ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਡਿਜ਼ਾਈਨ ਆ ਤੇ ਚਾਰ-ਚਾਰ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾਉਣੇ ਨੇ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਇੱਕ ਕੁੰਡਾ ਵਾਧੂ ਪਾ ਲੈਣਾ ਵਾ ਤੇ ਡਿਜ਼ਾਈਨ ਜਿਹੜਾ ਬਿਲਕੁਲ ਸੈੱਟ ਆ ਜਾਏਗਾ ਡਿਜ਼ਾਈਨ ਜਿਹੜਾ 8 ਸਲਾਈਆਂ ਵਿੱਚ ਪੂਰਾ ਬਣਨਾ ਹੈ ਤੇ ਸਟਾਰਟਿੰਗ ਤੇ ਜਿਹੜੀਆਂ ਪਹਿਲੀਆਂ ਦੋ ਸਲਾਈਆਂ ਬਣਨੀਆਂ ਉਹਨਾਂ ਨੂੰ ਆਪਾਂ ਰਿਪੀਟ ਨਹੀਂ ਕਰਨਾ ਇੱਥੇ ਮੈਂ ਉਲਟੇ ਸਾਈਡ ਤੋਂ ਇੱਕ ਜਿਹੜੀ ਉਲਟੀ ਸਲਾਈ ਬਣਾ ਲਈ ਆ ਤੇ ਹੁਣ ਇੱਥੋਂ ਸਿੱਧੀ ਸਾਈਡ ਤੋਂ ਵੀ ਆਪਾਂ ਇੱਕ ਉਲਟੀ ਸਲਾਈ ਬਣਾ ਲੈਣੀ ਆ ਫਿਰ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਜਿਹੜਾ ਇਹ ਸਾਡਾ ਸ਼ੁਰੂ ਹੋਏਗਾ ਤੇ ਬਹੁਤ ਹੀ ਸੌਖਾ ਸਿੰਪਲ ਸਿੱਧੀਆਂ ਤੇ ਉਲਟੀਆਂ ਹੀ ਸਲਾਈਆਂ ਬਣਨੀਆਂ ਨੇ ਅੱਲੀ ਸਲਾਈ ਆਪਾਂ ਇਸ ਤਰ੍ਹਾਂ ਇਹਨੂੰ ਰਿਪੀਟ ਨਹੀਂ ਕਰਨਾ ਇਹ ਸਲਾਈ ਆਪਾਂ ਉਲਟੀ-ਉਲਟੀ ਪਹਿਲਾਂ ਬਣਾ ਲੈਣੀ ਤੇ ਉਲਟੀ ਸਾਈਡ ਤੋਂ ਬਾਅਦ ਵਿੱਚ ਸਾਡਾ ਡਿਜ਼ਾਈਨ ਜਿਹੜਾ ਸ਼ੁਰੂ ਹੋਣਾ ਹੈ ਤੁਸੀਂ ਕੋਈ ਵੀ ਬਾਰਡਰ ਬਣਾ ਕੇ ਇਸ ਤਰੀਕੇ ਦੇ ਨਾਲ ਸਿੱਧੇ ਪਾਸਿਓਂ ਇੱਕ ਸਲਾਈ ਜਿਹੜੀ ਆ ਉਲਟੀ-ਉਲਟੀ ਪਹਿਲਾਂ ਬਣਾ ਲੈਣੀ ਹੈ ਜਿਸ ਤਰ੍ਹਾਂ ਤੁਸੀਂ ਬਾਰਡਰ ਬਣਾਇਆ ਉਲਟੀ ਸਾਈਡ ਤੋਂ ਆਪਣੇ ਕੁੰਡੇ ਵਗੈਰਾ ਵਧਾ ਲਓ ਤੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਕਰਕੇ ਇੱਕ ਜਿਹੜੀ ਉਲਟੀ-ਉਲਟੀ ਸਲਾਈ ਤੁਸੀਂ ਬਣਾ ਲੈਣੀ ਆ ਤੇ ਉਸ ਤੋਂ ਬਾਅਦ ਜਿਹੜਾ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਹੋਏਗਾ ਇੱਕ ਸਲਾਈ ਜਿਹੜੀ ਆਪਾਂ ਬਣਾ ਲਈਏ ਇਹ ਸਲਾਈ ਬਾਅਦ ਵਿੱਚ ਰਿਪੀਟ ਨਹੀਂ ਹੋਣੀ ਉਹ ਉਲਟੀ ਸਾਈਡ ਤੋਂ ਆਪਾਂ ਪਹਿਲੀ ਸਲਾਈ ਬਣਾਵਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਬਣਾਉਣੀ ਆ ਆਪਾਂ ਉਲਟੀ-ਉਲਟੀ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਆ ਕਿ ਉਲਟੀਆਂ ਸਿੱਧੀਆਂ ਸਲਾਈਆਂ ਦਾ ਇਹ ਡਿਜ਼ਾਈਨ ਆ ਕੋਈ ਵੀ ਇਹਦੇ ਵਿੱਚ ਔਖਾ ਕੰਮ ਨਹੀਂ ਆ ਬਹੁਤ ਪਿਆਰਾ ਡਿਜ਼ਾਈਨ ਬਣਦਾ ਹੈ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਹਰ ਕੋਈ ਆਸਾਨੀ ਦੇ ਨਾਲ ਬਣਾ ਕੇ ਰੈਡੀ ਕਰ ਲੈਂਦਾ ਹੈ ਪਹਿਲੀ ਸਲਾਈ ਜਿਹੜੀ ਆਪਾਂ ਉਲਟੀ-ਉਲਟੀ ਬਣਾ ਲਈ ਆ ਉਲਟੇ ਪਾਸਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਏਗੀ ਤੇ ਤੁਸੀਂ ਵੀਡੀਓ ਨੂੰ ਵੀ ਜ਼ਰੂਰ ਲਾਈਕ ਕਰਨਾ ਕਮੈਂਟ ਕਰਕੇ ਵੀ ਦੱਸਣਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਪਹਿਲੀ ਸਲਾਈ ਆਪਾਂ ਬਣਾ ਲਈ ਆ ਉਲਟੇ ਪਾਸਿਓਂ ਉਲਟੀ ਉਲਟੀ ਹੁਣ ਦੂਸਰੀ ਸਲਾਈ ਸਿੱਧੇ ਪਾਸਿਓਂ ਬਣਾਵਾਂਗੇ ਸਿੱਧੀ ਸਿੱਧੀ ਚਾਰ ਸਲਾਈਆਂ ਦੇ ਵਿੱਚ ਡਿਜ਼ਾਈਨ ਜਿਹੜਾ ਇੱਕ ਵਾਰੀ ਸਾਡਾ ਬਣ ਜਾਣਾ ਹੈ ਇਹ ਦੂਸਰੀ ਸਲਾਈ ਆਪਾਂ ਬਣਾ ਰਹੇ ਹਾਂ ਸਿੱਧੇ ਪਾਸਿਓਂ ਸਿੱਧੀ ਸਿੱਧੀ ਤੁਸੀਂ ਦੇਖ ਹੀ ਸਕਦੇ ਹੋ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਹੈ ਕਿ ਬਿਲਕੁਲ ਸਿੰਪਲ ਡਿਜ਼ਾਈਨ ਹੈ ਉਲਟੀਆਂ ਤੇ ਸਿੱਧੀਆਂ ਸਲਾਈਆਂ ਦਾ ਤੇ ਤੁਸੀਂ ਇਹ ਵੀ ਸੋਚ ਕੇ ਵੀਡੀਓ ਛੱਡ ਕੇ ਚਲੇ ਨਾ ਜਾਣਾ ਤੇ ਬਿਲਕੁਲ ਉਲਟੀਆਂ ਸਿੱਧੀਆਂ ਸਲਾਈਆਂ ਬਣਾ ਰਹੇ ਆਂ ਚੌਥੀ ਸਲਾਈ ਦੇ ਵਿੱਚ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਵਾਂਗੇ ਤੇ ਉਹਦੇ ਤੋਂ ਹੀ ਬਸ ਡਿਜ਼ਾਈਨ ਸਾਡਾ ਜਿਹੜਾ ਬਣ ਜਾਏਗਾ ਇਹ ਹੁਣ ਦੂਸਰੀ ਸਲਾਈ ਬਣਾ ਲਈਏ ਹੁਣ ਆ ਗਿਆਂ ਤੀਸਰੀ ਸਲਾਈ ਤੇ ਉਲਟੇ ਪਾਸੇ ਇਹ ਵੀ ਆਪਾਂ ਪੂਰੀ ਜਿਹੜੀ ਆ ਉਲਟੀ-ਉਲਟੀ ਬਣਾ ਲੈਣੀ ਹੈ ਤੇ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਸਪੋਰਟ ਕਰ ਰਹੇ ਹੋ ਮੇਰੇ ਦੂਸਰੇ ਚੈਨਲ ਨੂੰ ਵੀ ਜਰੂਰ ਸਪੋਰਟ ਕਰੋ ਉਸ ਦਾ ਲਿੰਕ ਜਿਹੜਾ ਮੈਂ ਹਰ ਰੋਜ਼ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੁੰਦਾ ਹੈ ਤੇ ਤੁਸੀਂ ਉਸ ਚੈਨਲ ਨੂੰ ਵੀ ਜਾ ਕੇ ਜਰੂਰ ਸਪੋਰਟ ਕਰੋ ਉੱਥੇ ਮੈਂ ਕਟਿੰਗ ਸਟਿਚਿੰਗ ਏਮਬੋਡਰੀ ਲੈਸਾ ਵਗੈਰਾ ਦੀਆਂ ਵੀਡੀਓ ਜਿਹੜੀਆਂ ਉਹ ਅਪਲੋਡ ਕਰਦੀਆਂ ਤੇ ਤੁਸੀਂ ਉਸ ਚੈਨਲ ਨੂੰ ਵੀ ਜਰੂਰ ਸਪੋਰਟ ਕਰੋ ਇਹ ਹੁਣ ਆਪਾਂ ਤਿੰਨ ਸਲਾਈਆਂ ਬਣਾ ਲਿਆ ਨੇ ਪਹਿਲੀ ਸਲਾਈ ਉਲਟੇ ਪਾਸੇ ਉਲਟੀ ਉਲਟੀ ਦੂਸਰੀ ਸਲਾਈ ਸਿੱਧੇ ਪਾਸਿਓ ਸਿੱਧੀ-ਸਿੱਧੀ ਤੇ ਤੀਸਰੀ ਸਲਾਈ ਉਲਟੇ ਪਾਸਿਓ ਉਲਟੀ-ਉਲਟੀ ਹੁਣ ਆ ਗਏ ਆਪਾਂ ਚੌਥੀ ਸਲਾਈ ਤੇ ਸਿੱਧੇ ਪਾਸੇ ਹੁਣ ਵੇਖੋ ਕਿਸ ਤਰ੍ਹਾਂ ਬਣਾਉਣਾ ਹੈ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ 1 ਤੇ 2 3 ਤਿੰਨ ਕੁੰਡੇ ਉਲਟੇ ਬਣਾ ਲੈ ਧਾਗਾ ਆਪਣਾ ਇੱਧਰ ਹੀ ਰਹਿਣਾ ਹੈ ਹੁਣ ਵੇਖੋ ਇਹ ਜਿਹੜਾ ਸਿੱਧਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਨਹੀਂ ਬੁੰਨਾ ਇਹਨੂੰ ਆਪਾਂ نیچے ਤੋਂ ਇਹ ਵਾਲਾ ਜਿਹੜਾ ਉਲਟਾ ਕੁੰਡਾ ਨਜ਼ਰ ਆ ਰਿਹਾ ਇਹਦੇ ਨਾਲ ਬੁੰਨਾ ਇਹ ਵੇਖੋ ਇਸ ਤਰ੍ਹਾਂ ਕਰਕੇ ਤੁਸੀਂ ਇਹ ਹੀ ਚੀਜ਼ ਬਸ ਧਿਆਨ ਨਾਲ ਵੇਖਣੀ ਆ ਸਿਲਾਈ ਜਿਹੜੀ ਇਸ ਤਰ੍ਹਾਂ ਪਿੱਛੋਂ ਦੀ ਇਹ ਵਾਲੇ ਉਲਟੇ ਕੁੰਡੇ ਦੇ ਵਿੱਚ ਪਾ ਦੇਣੀ ਆ ਫਿਰ ਦੁਬਾਰਾ ਵੇਖੋ ਇਹ ਸਿੱਧਾ ਕੁੰਡਾ ਇਹਦੇ نیچے ਜਿਹੜਾ ਇਹ ਉਲਟਾ ਕੁੰਡਾ ਆ ਰਿਹਾ ਇੱਥੋਂ ਆਪਾਂ ਸਿਲਾਈ ਲੈਣੀ ਆ ਇਸ ਤਰ੍ਹਾਂ ਬੈਕ ਸਾਈਡ ਤੋਂ ਇਦੇ ਵਿੱਚ ਸਲਾਈ ਪਾ ਦੇਣੀ ਆ ਤੇ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਕਰਕੇ ਓਲ ਲੈਣਾ ਹੁਣ ਆ ਜਿਹੜਾ ਕੁੰਡਾ ਸਲਾਈ ਦੇ ਉੱਪਰ ਪਹਿਲਾਂ ਸੀ ਇਹਨੂੰ ਵੀ ਇਹਦੇ ਉੱਪਰੋਂ ਇਸ ਤਰ੍ਹਾਂ نیچے ਉਤਾਰ ਦੇਣਾ ਇਹ ਚਾਰ ਕੁੰਡੇ ਸਾਡੇ ਬਣ ਗਏ ਫੇਰ ਇਹੀ ਚਾਰ ਕੁੰਡੇ ਰਿਪੀਟ ਕਰਾਂਗੇ 1 2 3 ਤਿੰਨ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲਏ ਤਿੰਨ ਕੁੰਡੇ ਉਲਟੇ-ਉਲਟੇ ਬਣਾ ਲਏ ਹੁਣ ਵੇਖੋ ਇਹ ਕੁੰਡਾ ਆ ਉਡਾ ਕੋਲ ਕਰਕੇ ਦਿਖਾ ਦੇਣੀ ਆ ਐ ਵਲੇ ਕੁੰਡੇ ਦੇ ਵਿੱਚ ਆਪਾਂ ਸਲਾਈ ਪਾਉਣੀ ਆ ਤੇ ਇਸ ਤਰੀਕੇ ਦੇ ਨਾਲ نیچے ਇਹ ਉਲਟੇ ਕੁੰਡੇ ਦੇ ਵਿੱਚ ਚਲੇ ਜਾਣਾ ਵਾ ਉਲਟੇ ਕੁੰਡੇ ਨੂੰ ਹੁਣ ਆਪਾਂ ਇੱਥੋਂ ਬੁੰਨਾ ਤੇ ਐ ਵਲੇ ਕੁੰਡੇ ਨੂੰ ਇਸ ਤਰ੍ਹਾਂ ਉਤਾਰ ਦੇਣਾ ਫੇਰ ਵੇਖੋ 1 2 3 ਤਿੰਨ ਕੁੰਡੇ ਜਦੋਂ ਆਪਾਂ ਉਲਟੇ ਬਣਾ ਲਏ ਫਿਰ ਵੇਖੋ ਇਹ ਕੁੰਡੇ ਦੇ ਵਿੱਚ ਆਪਾਂ ਸਲਾਈ ਪਾਉਣੀ ਆ ਇਸ ਤਰ੍ਹਾਂ ਕਰਕੇ ਇਹਦੇ ਨੀਚੇ ਜਿਹੜਾ ਪਹਿਲੀ ਸਲਾਈ ਆਪਾਂ ਉਲਟੀ ਇਸੇ ਲਈ ਬਣਾਈ ਸੀ ਆ ਉਲਟਾ ਕੁੰਡਾ ਆ ਰਿਹਾ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਮੋੜ ਲੈਣਾ ਲਾਸਟ ਤੇ ਫਿਰ ਤਿੰਨ ਕੁੰਡੇ ਜਿਹੜੇ ਆਪਾਂ ਉਲਟੇ ਬਣਾ ਲੈਣੇ ਆ ਇਹ ਚੌਥੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਆ ਗਿਆ ਪੰਜਵੀਂ ਸਲਾਈ ਤੇ ਪਨਵੀ ਸਲਾਈ ਉਲਟੇ ਪਾਸਿਓ ਪੂਰੀ ਆਪਾਂ ਉਲਟੀ-ਉਲਟੀ ਬਣਾਉਣੀ ਹੈ ਪਨਵੀ ਸਲਾਈ ਉਲਟੇ ਪਾਸਿਓ ਪੂਰੀ ਉਲਟੀ-ਉਲਟੀ ਬਣਾਵਾਂਗੇ ਕੋ ਡਿਜ਼ਾਈਨ ਥੋੜਾ ਜਿਹਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੋਣਾ ਗਿਆ 6ਵੀਂ ਸਲਾਈ ਤੇ ਸਿੱਧੇ ਪਾਸੇ ਪੂਰੀ ਸਿੱਧੀ ਸਿੱਧੀ ਬਣਾ ਲੈਣੀ ਹੈ 1 2 3 ਸਾਰੇ ਕੁੰਡੇ ਹੀ ਆਪਾਂ ਸਿੱਧੇ ਸਿੱਧੇ ਬਣਾ ਲੈਣੇ ਜਿਸ ਤਰ੍ਹਾਂ ਤੁਹਾਨੂੰ ਮੈਂ ਸਟਾਰਟਿੰਗ ਦੇ ਹੀ ਦੱਸਿਆ ਸਿਰਫ ਸਿੱਧੀਆਂ ਤੇ ਉਲਟੀਆਂ ਸਲਾਈਆਂ ਬਣਨੀਆਂ ਕੋਈ ਵੀ ਇਹਦੇ ਵਿੱਚ ਕੁੰਡਾ ਉਲਟਾਉਣਾ ਨਹੀਂ ਆ ਕੋਈ ਇਹਦੇ ਵਿੱਚ ਕੁੰਡਾ ਵਧਾਉਣਾ ਨਹੀਂ ਆ ਨਾ ਕੋਈ ਆਪਾਂ ਜਾਲੀ ਪਾਉਣੀ ਆ ਸਿਰਫ ਉਲਟੀਆਂ ਸਿੱਧੀਆਂ ਸਲਾਈਆਂ ਦੇ ਨਾਲ ਹੀ ਬਹੁਤ ਹੀ ਪਿਆਰਾ ਡਿਜ਼ਾਈਨ ਜਿਹੜਾ ਬਣ ਜਾਂਦਾ ਇਹ ਸਤਵੀਂ ਸਲਾਈ ਬਣਾ ਲਈ ਹੁਣ ਆਪਾਂ ਸੋਰੀ ਛੇਵੀਂ ਸਲਾਈ ਬਣਾ ਲਈ ਆ ਹੁਣ ਸਤਵੀਂ ਸਲਾਈ ਬਣਾਵਾਂਗੇ ਉਲਟੇ ਪਾਸਿਓ ਕਿਉਂਕਿ ਡਿਜ਼ਾਈਨ ਸਾਡਾ ਉਲਟੇ ਪਾਸਿਓ ਸ਼ੁਰੂ ਹੋਇਆ ਸੀ ਹੁਣ ਸਤਵੀਂ ਸਲਾਈ ਆਪਾਂ ਬਣਾ ਰਹੇ ਹਾਂ ਫਿਰ ਉਲਟੇ ਪਾਸਿਓ ਪਹਿਲੀ ਜਿਹੜੀ ਆਪਾਂ ਸਭ ਤੋਂ ਸਲਾਈ ਬਣਾਈ ਆ ਉਹਨੂੰ ਆਪਾਂ ਬਾਅਦ ਵਿੱਚ ਉਲਟੀ ਸਲਾਈ ਨੂੰ ਰਿਪੀਟ ਨਹੀਂ ਕਰਨਾ ਜਿਹੜਾ ਆਪਾਂ ਉਲਟੀ ਸਾਈਡ ਤੋਂ ਹੀ ਇਸਦੀ ਸਟਾਰਟਿੰਗ ਕਰਨੀ ਆ। ਹੁਣ 7ਵੀਂ ਸਲਾਈ ਬਣਾ ਲਈ ਆਪਾਂ ਉਲਟੀ ਉਲਟੀ ਉਲਟੇ ਪਾਸਿਓਂ। ਹੁਣ ਆ ਗਏ ਆ ਸਿੱਧੇ ਪਾਸੇ 8ਵੀਂ ਸਲਾਈ ਤੇ। 8ਵੀਂ ਸਲਾਈ ਵੇਖੋ ਕਿਸ ਤਰੀਕੇ ਦੇ ਨਾਲ ਬਣਾਉਣੀ ਆ। ਪਹਿਲਾ ਕੁੰਡਾ ਉਤਾਰ ਲਿਆ। ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ। ਇੱਕ ਕੁੰਡਾ ਉਲਟਾ ਬਣਾਉਣਾ। ਪਹਿਲਾਂ ਇੱਥੇ ਆਪਾਂ ਤਿੰਨ ਕੁੰਡੇ ਉਲਟੇ ਬਣਾਏ ਸੀ। ਹੁਣ ਇੱਕ ਕੁੰਡਾ ਉਲਟਾ ਬਣਾਉਣਾ ਆ। ਫਿਰ ਵੇਖੋ ਇਹ ਜਿਹੜਾ ਨੀਚੇ ਤੁਹਾਨੂੰ ਕੁੰਡਾ ਨਜ਼ਰ ਆ ਰਿਹਾ ਇਹਨੂੰ ਆਪਾਂ ਬੁਣਨਾ ਐਸ ਕੁੰਡੇ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਕਰਕੇ ਫਿਰ ਅੱਗੇ ਉਹੀ ਰਿਪੀਟ ਕਰਾਂਗੇ 1 2 3 ਤਿੰਨ ਕੁੰਡੇ ਬਣਾ ਲਏ ਹੁਣ ਫਿਰ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ نیچے ਤੋਂ ਬੁਣਨਾ ਉਲਟੇ ਕੁੰਡੇ ਦੇ ਵਿੱਚੋਂ ਨਾਲੇ ਉੱਪਰ ਜਿਹੜਾ ਸਿੱਧਾ ਉਹਨੂੰ ਵੀ ਆਪਾਂ ਉਤਾਰ ਦੇਣਾ ਹੈ 1 2 ਤੇ 3 ਫਿਰ ਵੇਖੋ ਧਾਗਾ ਇੱਧਰ ਹੀ ਰਹੇਗਾ ਕਿਉਂਕਿ ਉਲਟਾ ਹੀ ਹੁੰਣਾ ਆਪਾਂ ਆਹ ਕੁੰਡੇ ਦੇ ਵਿੱਚ ਸिलाई ਪਾਉਣੀ ਐਸ ਤਰੀਕੇ ਦੇ ਨਾਲ ਤੇ نیچے ਇਹ ਉਲਟੇ ਕੁੰਡੇ ਦੇ ਵਿੱਚ ਚਲੇ ਜਾਣਾ ਵਾ ਫਿਰ ਉਲਟੇ ਕੁੰਡੇ ਨੂੰ ਐਸ ਤਰ੍ਹਾਂ ਆਪਾਂ ਬੁਨ ਲੈਣਾ ਫਿਰ 1 2 ਤੇ 3 ਫੇਰ ਆਗਲਾ ਸੈਂਟਰ ਵਾਲਾ ਜਿਹੜਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਉਲਟੇ ਕੁੰਡੇ ਦੇ ਵਿੱਚੋਂ ਆਪਾਂ ਇਹਨੂੰ ਗੁੰਨ ਲੈਣਾ ਵਾ ਤੇ ਲਾਸਟ ਤੇ ਇੱਕ ਕੁੰਡਾ ਉਲਟਾ ਬਣ ਜਾਏਗਾ ਧਾਗਾ ਪਿੱਛੇ ਕਰਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਸਾਡੀਆਂ 8 ਸਲਾਈਆਂ ਬਣ ਗਈਆਂ ਹੁਣ ਇੱਕ ਹੈ ਮੈਂ ਉਲਟੀ ਸਲਾਈ ਤੁਹਾਨੂੰ ਬਣਾ ਕੇ ਦਿਖਾ ਦੇਣੀ ਆ ਇਥੋਂ ਫੇਰ ਸਾਡਾ ਡਿਜ਼ਾਈਨ ਜਿਹੜਾ ਸ਼ੁਰੂ ਹੋ ਜਾਏਗਾ ਉਲਟੀ ਸਲਾਈ ਬਣਾ ਲਾਂਗੇ ਤੇ ਡਿਜ਼ਾਈਨ ਜਿਹੜਾ ਚੰਗੀ ਤਰ੍ਹਾਂ ਤੁਹਾਨੂੰ ਨਜ਼ਰ ਆਉਣ ਲੱਗੇਗਾ ਬਹੁਤ ਪਿਆਰਾ ਡਿਜ਼ਾਈਨ ਹੈ ਕੋਈ ਵੀ ਇਸ ਨੂੰ ਬਹੁਤ ਆਸਾਨੀ ਦੇ ਨਾਲ ਆਪਣੇ ਕੋਟੀ ਸਵੈਟਰ ਤੇ ਬਣਾ ਕੇ ਰੈਡੀ ਕਰ ਸਕਦਾ ਹੈ ਤੇ ਇਹ ਡਿਜ਼ਾਈਨ ਜਿਹੜਾ ਤੁਸੀਂ ਬੱਚਿਆਂ ਦੀ ਕੋਟੀ ਤੇ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਜੈਂਟਸ ਕੋਟੀ ਤੇ ਪਾਓਗੇ ਬਹੁਤ ਪਿਆਰਾ ਲੱਗੇਗਾ ਲੇਡੀਜ਼ ਕੋਟੀ ਤੇ ਵੀ ਤੁਸੀਂ ਇਸ ਨੂੰ ਪਾਓਗੇ ਸਕੀ ਵੀ ਤੇ ਪਾਓਗੇ ਤੇ ਬਹੁਤ ਪਿਆਰਾ ਡਿਜ਼ਾਈਨ ਲੱਗੇਗਾ ਖਾਸੀਅਤ ਇਹ ਹੈ ਕਿ ਉਲਟੀ ਸਾਈਡ ਤੋਂ ਬਿਲਕੁਲ ਸਿੰਪਲ ਬੰਦਾ ਹੈ ਤੇ ਐ ਵੇਖੋ ਇਸ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਹੈ बन ਜਾਂਦਾ ਬਿਲਕੁਲ ਜਾਲ ਦੀ ਤਰ੍ਹਾਂ ਨਜ਼ਰ ਆਏਗਾ ਉੱਪਰ ਉੱਪਰ ਵਾਲੇ ਕੁੰਡੇ ਜਿਹੜੇ ਨਜ਼ਰ ਆਉਣਗੇ ਜਦੋਂ ਆਪਾਂ ਇਹਨੂੰ ਜ਼ਿਆਦਾ ਬਣਾਵਾਂਗੇ ਤੇ ਇਹ ਇਸ ਤਰੀਕੇ ਦੇ ਨਾਲ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਮੈਨੂੰ ਤੇ ਬਹੁਤ ਜ਼ਿਆਦਾ ਪਸੰਦ ਆਇਆ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਅੱਗੇ ਸ਼ੇਅਰ ਵੀ ਕਰਨਾ ਤੇ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਅੰਤ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ